ਹੈਲੋ ਫਰੈਂਡਸ ਪਿਛਲੇ ਵੀਡੀਓ ਵਿੱਚ ਅਸੀਂ ਸਿੱਖਿਆ ਕਿ ਗ੍ਰਾਫ ਕੀ ਹੁੰਦੇ ਹਨ ਅਤੇ ਅੱਜ ਅਸੀਂ ਕਰਾਂਗੇ ਗ੍ਰਾਫਾਂ ਉੱਤੇ ਆਧਾਰਿਤ ਕੁਝ ਪ੍ਰਸ਼ਨ ਪਹਿਲਾ ਕੁਐਸਚਨ ਦਿੱਤੀ ਹੋਈ ਸੂਚਨਾ ਨੂੰ ਦਰਸਾਉਣ ਲਈ ਟੁਕਵਾ ਗ੍ਰਾਫ ਖਿੱਚੋ ਇੱਥੇ ਸਾਨੂੰ ਇੱਕ ਟੇਬਲ ਦਿੱਤਾ ਗਿਆ ਹੈ ਜਿਸ ਵਿੱਚ ਕਿ ਇੱਕ ਸਾਈਡ ਤੇ ਮਹੀਨੇ ਸਾਲ ਦੇ ਮਹੀਨੇ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਅਤੇ ਦਸੰਬਰ ਦਿੱਤੇ ਗਏ ਹਨ ਅਤੇ ਦੂਸਰੀ ਸਾਈਡ ਤੇ ਇਹਨਾਂ ਮਹੀਨਿਆਂ ਵਿੱਚ ਵੇਚੀਆਂ ਗਈਆਂ ਘੜੀਆਂ ਦੀ ਗਿਣਤੀ ਦਿੱਤੀ ਗਈ ਹੈ ਜਿਵੇਂ ਕਿ ਜੁਲਾਈ ਮਹੀਨੇ ਵਿੱਚ 1000 ਘੜੀਆਂ ਅਗਸਤ 1500 ਸਤੰਬਰ ਫਿਰ 1500 ਅਕਤੂਬਰ ਵਿੱਚ 2000 ਘੜੀਆਂ ਨਵੰਬਰ 2500 ਘੜੀਆਂ ਅਤੇ ਦਸੰਬਰ ਵਿੱਚ 1500 ਘੜੀਆਂ ਵੇਚੀਆਂ ਗਈਆਂ ਹੁਣ ਇਸ ਜਾਣਕਾਰੀ ਨੂੰ ਅਸੀਂ ਇੱਕ ਛੜ ਗ੍ਰਾਫ ਦੇ ਰੂਪ ਵਿੱਚ ਦਰਸਾਵਾਂਗੇ ਛੜ ਗ੍ਰਾਫ ਦੇ ਐਕਸ ਧੁਰੇ ਤੇ ਲੇਟਵੇਂ ਧੁਰੇ ਤੇ ਅਸੀਂ ਲਵਾਂਗੇ ਮਹੀਨਿਆਂ ਦੇ ਨਾਮ ਅਤੇ ਖੜਵੇਂ ਤੁਰੇ ਵੱਲ ਵੇਚੀਆਂ ਗਈਆਂ ਘੜੀਆਂ ਦੀ ਸੰਖਿਆ ਆਏਗੀ ਗਿਣਤੀ ਆਏਗੀ ਹੁਣ ਇਹ ਗਿਣਤੀ ਨੂੰ ਲਿਖਣ ਦੇ ਲਈ ਉਚਿਤ ਸਕੇਲ ਚੂਜ਼ ਕਰਨਾ ਹੈ ਕਿ ਕਿਹੜੀ ਗਿਣਤੀ ਅਸੀਂ Y ਤੁਰੇ ਤੇ ਲਿਖਾਂਗੇ ਕਿੰਨੇ-ਕਿੰਨੇ ਗੈਪ ਨਾਲ ਲਿਖਾਂਗੇ ਆਓ ਦੇਖਦੇ ਹਾਂ ਗ੍ਰਾਫ ਦੇ ਵਿੱਚ ਕਿਸ ਤਰ੍ਹਾਂ ਇਹ ਲਿਖਿਆ ਜਾਏਗਾ ਅਸੀਂ ਗ੍ਰਾਫ ਪੇਪਰ ਲੈ ਕੇ ਉਸ ਉੱਤੇ ਦੋਵੇਂ ਤੁਰੇ X ਅਤੇ Y ਤੁਰਾ ਬਣਾ ਲਏ ਹਨ ਅਤੇ ਸਿਕਰ ਨੂੰ ਅਸੀਂ ਉਹ ਲਿਖਦੇ ਹਾਂ ਐਕਸ ਤੁਰੇ ਤੇ ਅਸੀਂ ਮਹੀਨੇ ਲਿਖ ਲਏ ਅਤੇ ਸਿਰਫ ਉਹਨਾਂ ਦੀ ਨਿਸ਼ਾਨੀ ਲਗਾ ਲਈ 1-1 ਸੈਂਟੀਮੀਟਰ ਜਾਂ ਡਾਰਕ ਲਾਈਨ ਦੇ ਉੱਤੇ ਅਸੀਂ ਚਿੰਨ੍ਹ ਲਗਾ ਲਏ ਹਨ ਵਾਈ ਤੁਰੇ ਵੱਲ ਦੇਖਿਏ ਵੇਚੀਆਂ ਗਈਆਂ ਕੜੀਆਂ ਦੀ ਗਿਣਤੀ ਅਸੀਂ ਲਿਖਣੀ ਹੈ ਅਸੀਂ ਸਟਾਰਟ ਕੀਤਾ 500 ਤੋਂ ਅਤੇ 5-500 ਦਾ ਗੈਪ ਲੈਂਦੇ ਹੋਏ ਵਧਾਉਂਦੇ ਹੋਏ ਅਸੀਂ ਇਹ ਨਿਸ਼ਾਨੀ ਲਗਾਈ ਅਤੇ ਲਿਖਿਆ 500 1000 1500 2000 2500 3000 ਅਤੇ 3500 ਹੁਣ ਸਾਡਾ ਗ੍ਰਾਫ ਪੇਪਰ ਤਿਆਰ ਹੈ ਇਸ ਵਿੱਚ ਅਸੀਂ ਵੱਖ-ਵੱਖ ਮਹੀਨਿਆਂ ਦੀਆਂ ਕੀਮਤਾਂ ਭਰਾਂਗੇ ਜਿਵੇਂ ਕਿ ਜੁਲਾਈ ਮਹੀਨੇ ਦੀ ਕੀਮਤ ਹੈ 1000 ਤਾਂ ਅਸੀਂ ਐਕਸ ਤੁਰੇ ਦੇ ਉੱਤੇ 1 ਸੈਂਟੀਮੀਟਰ ਦੀ ਬਾਕਸ ਆਇਤ ਬਣਾਵਾਂਗੇ ਜਿਹੜਾ ਕਿ 1000 ਦੀ ਲੰਬਾਈ ਤੱਕ ਜਾਵੇਗਾ ਅਤੇ ਇਸ ਨੂੰ ਇਸ ਤਰ੍ਹਾਂ ਲਿਖਾਂਗੇ ਜੁਲਾਈ ਤੇ ਉਸ ਦੀ ਕੀਮਤ ਹੈ 1000 ਫਿਰ ਉਸ ਤੋਂ ਅਗਲਾ ਮਹੀਨਾ ਅਗਸਤ 1500 ਉਸ ਨੂੰ 1 ਸੈਂਟੀਮੀਟਰ ਦੀ ਡੱਬੀ ਛੱਡ ਕੇ ਅਗਲੀ ਡੱਬੀ ਦੇ ਵਿੱਚ ਬਣਾਉਣਾ ਹੈ ਅਤੇ ਉਸ ਦੀ ਲੰਬਾਈ ਜਾਏਗੀ 1500 ਤੱਕ ਇਸ ਤਰ੍ਹਾਂ ਫਿਰ ਸਤੰਬਰ 1500 ਠੀਕ ਉਸੇ ਤਰ੍ਹਾਂ ਇੱਕ ਡੱਬੀ ਛੱਡ ਕੇ ਅਤੇ ਇੱਕ ਇੱਕ ਸੈਂਟੀਮੀਟਰ ਦੇ ਅਸੀਂ ਛੜ ਗ੍ਰਾਫ ਬਣਾਉਣੇ ਹਨ ਜਿਨ੍ਹਾਂ ਦੀ ਲੰਬਾਈ ਅਸੀਂ ਪ੍ਰਸ਼ਨ ਦੇ ਮੁਤਾਬਕ ਟੇਬਲ ਵਿੱਚੋਂ ਦੇਖ ਕੇ ਬਣਾਉਣੀ ਹੈ ਸਤੰਬਰ 1500 ਦੇ ਬਰਾਬਰ ਜਾਏਗਾ ਅਕਤੂਬਰ 2000 ਨਵੰਬਰ 2500 ਅਤੇ ਦਸੰਬਰ ਦੀ ਉਚਾਈ ਲਵਾਂਗੇ 1500 ਇਸ ਤਰੀਕੇ ਨਾਲ ਅਸੀਂ ਦਿੱਤੀ ਹੋਈ ਜਾਣਕਾਰੀ ਨੂੰ ਬੜੇ ਆਸਾਨ ਢੰਗ ਨਾਲ ਇੱਕ ਗ੍ਰਾਫ ਪੇਪਰ ਉੱਤੇ ਦਰਸਾ ਲਿਆ ਹੈ ਹੁਣ ਇਸ ਗ੍ਰਾਫ ਪੇਪਰ ਨੂੰ ਦੇਖ ਕੇ ਅਸੀਂ ਕੁਝ ਪ੍ਰਸ਼ਨਾਂ ਦੇ ਉੱਤਰ ਵੀ ਦੇਖ ਸਕਦੇ ਹਾਂ ਜਿਵੇਂ ਕਿ ਸਭ ਤੋਂ ਵੱਧ ਘੜੀਆਂ ਕਿ ਇਸ ਮਹੀਨੇ ਵਿੱਚ ਵੇਚੀਆਂ ਗਈਆਂ ਬਰਾਬਰ ਘੜੀਆਂ ਕਿਹੜੇ ਦੋ ਮਹੀਨਿਆਂ ਵਿੱਚ ਵੇਚੀਆਂ ਗਈਆਂ ਜਾਂ ਫਿਰ ਸਭ ਤੋਂ ਘੱਟ ਘੜੀਆਂ ਕਿਹੜੇ ਮਹੀਨੇ ਵਿੱਚ ਵਿਕੀਆਂ ਇਸ ਤਰ੍ਹਾਂ ਦੇ ਕੁਐਸਚਨਸ ਕਰਨ ਤੋਂ ਪਹਿਲਾਂ ਇੱਕ ਪ੍ਰਸ਼ਨ ਅਸੀਂ ਦੂਰੇ ਛੜ ਗ੍ਰਾਫ ਦਾ ਵੀ ਦੇਖਦੇ ਹਾਂ ਸੈਕਿੰਡ ਕੁਐਸਚਨ ਗ੍ਰਾਫ ਬਣਾਓ ਇਸ ਜਾਣਕਾਰੀ ਵਿੱਚ ਸਾਨੂੰ ਦਿੱਤਾ ਗਿਆ ਹੈ ਇੱਕ ਸਾਈਡ ਤੇ ਹੈ ਬੱਚਿਆਂ ਦੀ ਗਿਣਤੀ ਜਿਨ੍ਹਾਂ ਨੂੰ ਕੇ ਪਸੰਦ ਹੈ ਪੈਦਲ ਚੱਲਣਾ ਜਾਂ ਸਾਈਕਲ ਚਲਾਉਣਾ ਅਤੇ ਦੂਸਰੀ ਸਾਈਡ ਤੇ ਹੈ ਬੱਚਿਆਂ ਦੇ ਸਕੂਲ ਸਕੂਲ A ਸਕੂਲ B ਅਤੇ ਸਕੂਲ C ਮਤਲਬ ਤਿੰਨ ਸਕੂਲਾਂ ਦੀ ABC ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਵੱਖ-ਵੱਖ ਗਿਣਤੀ ਦੇ ਅਨੁਸਾਰ ਕੁਝ ਬੱਚੇ ਪੈਦਲ ਚੱਲਣਾ ਚਾਹੁੰਦੇ ਹਨ ਅਤੇ ਕੁਝ ਸਾਈਕਲ ਚਲਾਉਣਾ ਇਸ ਦੀ ਜਾਣਕਾਰੀ ਨੂੰ ਅਸੀਂ ਦੂਰੇ ਛੜ ਗ੍ਰਾਫ ਰਾਹੀਂ ਦਿਖਾਵਾਂਗੇ ਇੱਕ ਛੜ ਦਰਸਾਏਗਾ ਪੈਦਲ ਚੱਲਣ ਵਾਲੇ ਵਿਦਿਆਰਥੀ ਅਤੇ ਦੂਸਰਾ ਛੜ ਤੋਂ ਅਸੀਂ ਸਾਈਕਲ ਚਲਾਉਣ ਵਾਲੇ ਵਿਦਿਆਰਥੀਆਂ ਨੂੰ ਰਿਪਰੈਜ਼ੈਂਟ ਕਰਾਂਗੇ ਆਓ ਛੜ ਗ੍ਰਾਫ ਬਣਾਉਣ ਦੀ ਕੋਸ਼ਿਸ਼ ਕਰੀਏ ਸ਼ੁਰੂ ਦੇ ਵਿੱਚ ਇਸੇ ਤਰ੍ਹਾਂ ਹੀ ਐਕਸ ਅਤੇ ਵਾਈ ਧੁਰਾ ਬਣਾਉਣਾ ਹੈ ਅਤੇ ਦੋਨਾਂ ਨੂੰ ਇੱਕ ਦੂਸਰੇ ਦੇ ਪਰਪੈਂਡੀਕੂਲਰ ਲੰਬਕਾਰ ਦਿਖਣਾ ਹੈ ਡਰਾ ਕਰਨਾ ਹੈ ਇਸ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ ਨੂੰ ਦਰਸਾਉਣ ਦੇ ਲਈ ਅਸੀਂ ਐਕਸ ਧੁਰੇ ਅਤੇ ਵਾਈ ਧੁਰੇ ਤੇ ਨਿਸ਼ਾਨੀਆਂ ਲਗਾਵਾਂਗੇ ਕੁਝ ਇਸ ਤਰ੍ਹਾਂ ਐਕਸ ਧੁਰੇ ਦੇ ਉੱਤੇ ਬੱਚਿਆਂ ਦੀ ਪਸੰਦ ਲਿਖੀ ਗਈ ਹੈ ਕਿ ਬੱਚੇ ਪੈਦਲ ਚੱਲਣਾ ਪਸੰਦ ਕਰਦੇ ਹਨ ਜਾਂ ਸਾਈਕਲ ਚਲਾਉਣਾ ਅਤੇ ਵਾਈ ਧੂਰੇ ਦੇ ਉੱਤੇ ਇਹ ਅਜਿਹੇ ਬੱਚਿਆਂ ਦੀ ਗਿਣਤੀ ਆਏਗੀ ਅਤੇ ਗਿਣਤੀ ਅਸੀਂ ਲਿਖ ਰਹੇ ਹਾਂ 5 10 15 20 25 30 35 40 45 ਅਤੇ 50 ਇਹ ਵਰਗ ਅੰਤਰਾਲ ਲੈ ਕੇ ਇੱਥੇ ਪੈਦਲ ਚਲਾਉਣ ਵਾਲੇ ਵਿਦਿਆਰਥੀ ਖਾਲੀ ਬਾਰ ਦੇ ਨਾਲ ਇਸ ਵਿੱਚ ਕੋਈ ਕਲਰ ਨਹੀਂ ਕੀਤਾ ਗਿਆ ਪਲੇਨ ਸਿੰਪਲ ਛੜ ਬਣਾਏ ਜਾਣਗੇ ਜਦਕਿ ਸਾਈਕਲ ਚਲਾਉਣ ਵਾਲੇ ਵਿਦਿਆਰਥੀਆਂ ਦੇ ਲਈ ਉਸ ਨੂੰ ਫਰਕ ਦਿਖਾਉਣ ਦੇ ਲਈ ਕਿ ਇਹ ਪੈਦਲ ਵਾਲੇ ਨਹੀਂ ਸਾਈਕਲ ਚਲਾਉਣ ਵਾਲੇ ਹਨ ਉਸ ਵਿੱਚ ਥੋੜਾ ਜਿਹਾ ਕਲਰ ਕਰ ਦਿੱਤਾ ਜਾਏਗਾ ਉਸ ਨੂੰ ਭਰ ਦਿੱਤਾ ਜਾਏਗਾ ਹੁਣ ਅਸੀਂ ਸਕੂਲ A ਦੀ ਗੱਲ ਕਰਦੇ ਹਾਂ ਜਿਸ ਵਿੱਚ ਕਿ 40 ਵਿਦਿਆਰਥੀ ਪੈਦਲ ਚੱਲਣਾ ਪਸੰਦ ਕਰਦੇ ਹਨ ਅਤੇ 45 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਸਾਈਕਲ ਚਲਾਉਣਾ ਪਸੰਦ ਹੈ ਤਾਂ ਅਸੀਂ ਸਕੂਲ A ਦੇ ਲਈ ਛੜ ਬਣਾਉਂਦੇ ਹਾਂ 40 ਵਿਦਿਆਰਥੀਆਂ ਦਾ ਮਤਲਬ ਕਿ 1 ਸੈਂਟੀਮੀਟਰ ਦੀ ਡੱਬੀ ਦੇ ਵਿੱਚ ਲੰਬਾਈ 40 ਲੈ ਕੇ ਉੱਪਰ ਵੱਲ ਨੂੰ ਇੱਕ ਆਇਤਾਕਾਰ ਛੜ ਬਣਾਇਆ ਜਿਹੜਾ ਕਿ ਪੈਦਲ ਚੱਲਣ ਵਾਲੇ ਵਿਦਿਆਰਥੀਆਂ ਦਾ ਹੈ ਮਤਲਬ ਕਿ ਇਸ ਵਿੱਚ ਰੰਗ ਨਹੀਂ ਭਰਾਂਗੇ ਅਤੇ ਉਸ ਦੇ ਬਿਲਕੁਲ ਨਾਲ ਜੁੜਵਾ ਹੀ ਦੂਸਰਾ ਛੜ ਬਣਾਇਆ ਜਾਏਗਾ 45 ਸੈਂਟੀਮੀਟਰ ਉਚਾਈ ਵਾਲਾ ਜਿਸ ਵਿੱਚ ਰੰਗ ਭਰਿਆ ਜਾਏਗਾ ਅਤੇ ਇਹ ਦਰਸਾਏਗਾ ਅਜਿਹੇ ਵਿਦਿਆਰਥੀ ਜਿਨ੍ਹਾਂ ਨੂੰ ਸਾਈਕਲ ਚਲਾਉਣਾ ਪਸੰਦ ਹੈ ਤਾਂ ਇਹ ਸਾਡੇ ਕੋਲ ਛੜ ਬਣ ਗਿਆ ਸਕੂਲ A ਦੀ ਜਾਣਕਾਰੀ ਦਾ ਜਿਸ ਵਿੱਚ 40 ਵਿਦਿਆਰਥੀ ਪੈਦਲ ਚੱਲਣਾ ਪਸੰਦ ਕਰਦੇ ਹਨ ਅਤੇ 45 ਵਿਦਿਆਰਥੀ ਸਾਈਕਲ ਤੇ ਸਕੂਲ ਜਾਣਾ ਪਸੰਦ ਕਰਦੇ ਹਨ ਇਸੇ ਤਰੀਕੇ ਨਾਲ ਅਸੀਂ ਸਕੂਲ B ਦਾ ਛੜ ਗ੍ਰਾਫ ਬਣਾਵਾਂਗੇ ਉਹਦੇ ਲਈ ਅਸੀਂ ਸਕੂਲ A ਅਤੇ ਸਕੂਲ B ਦੇ ਵਿੱਚਕਾਰ 1 ਸੈਂਟੀਮੀਟਰ ਦੀ ਡੱਬੀ ਖਾਲੀ ਛੱਡਾਂਗੇ ਗੈਪ ਦਰਸਾਉਣਾ ਜ਼ਰੂਰੀ ਹੈ ਪਾਉ ਇੱਕ ਲਾਈਨ ਛੱਡ ਕੇ ਇੱਕ ਡੱਬੀ ਛੱਡ ਕੇ ਅਸੀਂ ਸਕੂਲ ਵੀ ਲਈ ਛੜ ਬਣਾਵਾਂਗੇ ਪਹਿਲਾ ਛੜ ਬਣੇਗਾ ਪੈਦਲ ਚੱਲਣ ਵਾਲੇ ਵਿਦਿਆਰਥੀ ਜੋ ਕਿ 50 ਸੈਂਟੀਮੀਟਰ ਉਚਾਈ ਦਾ ਹੋਵੇਗਾ ਅਤੇ ਖਾਲੀ ਹੋਵੇਗਾ ਇਸ ਵਿੱਚ ਰੰਗ ਨਹੀਂ ਭਰਨਾ ਅਤੇ ਉਸ ਦੇ ਨਾਲ ਜੁੜਵਾ ਹੋਵੇਗਾ ਇੱਕ ਸਾਈਕਲ ਚਲਾਉਣ ਵਾਲੇ ਵਿਦਿਆਰਥੀਆਂ ਦਾ 25 ਸੈਂਟੀਮੀਟਰ ਉਚਾਈ ਵਾਲਾ ਛੜ ਜਿਸ ਵਿੱਚ ਰੰਗ ਭਰਿਆ ਜਾਏਗਾ ਇਸ ਤਰ੍ਹਾਂ ਅਤੇ ਫਿਰ ਸਕੂਲ ਸੀ ਦੇ ਲਈ ਵੀ ਪਹਿਲਾਂ 1 ਸੈਂਟੀਮੀਟਰ ਦੀ ਡੱਬੀ ਛੱਡਣੀ ਹੈ ਇੱਕ ਲਾਈਨ ਛੱਡ ਕੇ ਸਕੂਲ ਸੀ ਦੇ ਲਈ 35 ਵਿਦਿਆਰਥੀ ਪੈਦਲ ਚੱਲਣ ਵਾਲੇ ਖਾਲੀ ਛੜ ਗ੍ਰਾਫ ਬਣਾਵਾਂਗੇ ਅਤੇ 15 ਵਿਦਿਆਰਥੀਆਂ ਦਾ ਰੰਗ ਭਰ ਕੇ ਭਰਿਆ ਹੋਇਆ ਛੜ ਗ੍ਰਾਫ ਬਣੇਗਾ ਜਿਹੜੇ ਕਿ ਸਾਈਕਲ ਚਲਾਉਣਾ ਪਸੰਦ ਕਰਦੇ ਹਨ ਤਾਂ ਇਸ ਤਰੀਕੇ ਦੇ ਨਾਲ ਹੁਣ ਸਾਡਾ ਪ੍ਰਸ਼ਨ ਦਾ ਛੜ ਗ੍ਰਾਫ ਬਿਲਕੁਲ ਕੰਪਲੀਟ ਹੈ ਇਸ ਵਿੱਚ ਐਕਸ ਧੁਰੇ ਦੇ ਉੱਤੇ ਅਸੀਂ ਵਿਦਿਆਰਥੀਆਂ ਦੀ ਪਸੰਦ ਲਿਖੀ ਹੈ ਵੱਖ-ਵੱਖ ਸਕੂਲਾਂ ਦੇ ਨਾਮ ਹਨ ਅਤੇ ਵਾਈ ਧੁਰੇ ਦੇ ਉੱਤੇ ਬੱਚਿਆਂ ਦੀ ਗਿਣਤੀ ਆਈ ਹੋਈ ਹੈ। ਦੋਨੇ ਛੜਾਂ ਨੂੰ ਫਰਕ ਰੱਖਣ ਦੇ ਲਈ ਅਸੀਂ ਇੱਕ ਵਿੱਚ ਰੰਗ ਭਰ ਲੈਂਦੇ ਹਾਂ ਅਤੇ ਇਸ ਇੱਕ ਨੂੰ ਖਾਲੀ ਛੱਡ ਲੈਂਦੇ ਹਾਂ। ਤੇ ਬੜੇ ਹੀ ਮਜ਼ੇਦਾਰ ਤਰੀਕੇ ਨਾਲ ਅਸੀਂ ਦੂਰਾ ਛੜ ਗ੍ਰਾਫ ਵੀ ਬਣਾਉਣਾ ਸਿੱਖ ਲਿਆ ਹੈ। ਅਗਲੇ ਵੀਡੀਓਜ਼ ਦੇ ਵਿੱਚ ਅਸੀਂ ਇਹਨਾਂ ਦੋਨਾਂ ਛੜ ਗ੍ਰਾਫ ਘੇਰਾ ਅਤੇ ਦੂਰਾ ਛੜ ਗ੍ਰਾਫ ਦੋਨਾਂ ਦੇ ਉੱਤੇ ਆਧਾਰਿਤ ਕੁਝ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ ਅਤੇ ਉਦੋਂ ਤੱਕ ਲਈ ਤੁਸੀਂ ਆਪਣੇ ਕੋਰਸ ਬੁੱਕ ਦੇ ਵਿੱਚੋਂ ਵੀ ਇਸ ਤਰ੍ਹਾਂ ਦੇ ਹੋਰ ਸਵਾਲ ਕੱਢ ਕੇ ਦੇਖੋ ਆਪਣੀਆਂ ਸਮੱਸਿਆਵਾਂ ਨੂੰ ਸਾਡੇ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਪੁੱਛੋ ਅੱਜ ਦੇ ਲਈ ਬਸ ਇੰਨਾ ਹੀ ਆਪਣਾ ਧਿਆਨ ਰੱਖੋ ਟੇਕ ਕੇਅਰ ਐਂਡ ਵਰਕ ਹਾਰਡ ਬਾਏ ਬਾਏ